ਜੀ ਵੈਲਕਮ ਬੈਕ ਟੂ ਮਾਈ ਚੈਨਲ ਜੀ ਤੁਹਾਡਾ ਸਾਡੇ ਚੈਨਲ ਤੇ ਹਾਰਦਿਕ ਸਵੀਕਾਰ ਕੀ ਕਹਿੰਦੇ ਨੇ ਸਵਾਗਤ ਹੈ ਜੀ ਤੇ ਅਸੀਂ ਆਪਾਂ ਅੱਜ ਵਲੌਗ ਦੀ ਕੀਤੀ ਆ ਸਟਾਰਟਿੰਗ ਅੱਜ ਆਏ ਆ ਮੋਟਰ ਤੇ ਤੇ ਆ ਸਾਡਾ ਇੱਕ ਬੈਠਾ ਇੱਧਰ ਆ ਭਾਜੀ ਨੇ ਆਏ ਆ ਹਰਿਆਣੇ ਤੋਂ ਹਨਾ ਭਾਜੀ ਹਰਿਆਣੇ ਤੋਂ ਆਏ ਹਨ ਭਾਜੀ ਨੇ ਅੱਜ ਹਰਿਆਣੇ ਤੋਂ ਆਇਆ ਤੁਹਾਨੂੰ ਅੱਜ ਆਪਾਂ ਇੱਦਾਂ ਹੀ ਚੀਜ਼ ਦਿਖਾਵਾਂਗੇ ਕਿ ਆਪਣੇ ਪੰਜਾਬ 'ਚ ਨਹੀਂ ਇੱਧਰ ਜੀ ਪੰਜਾਬ 'ਚ ਆਪਣੇ ਨਹੀਂ ਪਈਆਂ ਇੱਧਰ ਜੀ ਆਪਣੇ ਪੰਜਾਬ 'ਚ ਇਹ ਚੀਜ਼ ਨਹੀਂ ਪਈ ਜਿਹੜੀ ਅੱਜ ਆਪਾਂ ਅੱਜ ਆਪਣੀ ਮੋਟਰ ਤੇ ਪਾਵਾਂਗੇ ਜਿਹੜੇ ਪੈਪ ਨਾਲ ਲੋਕੀ ਦੂਜੇ ਪਾਉਂਦੇ ਨਾ ਆਪਾਂ ਕੋਈ ਨਹੀਂ ਪਾਉਣਾ ਜੇ ਇੱਕ ਪੈਪ ਪਾਉਣਾ ਆ ਤੁਹਾਨੂੰ ਦਿਖਾਵਾਂਗੇ ਕਿਹੜਾ ਦਿਖਾਉਣਾ ਤੇ ਆਪਾਂ ਅੱਗੇ ਹਲਣ ਦੋ ਬੰਦਾ ਟਰੈਕਟਰ ਤੇ ਮਿੱਟੀ ਪੱਟਣ ਦੇ ਆਇਆ ਆਹ ਦੇਖ ਲਓ ਜੀ ਨਾ ਜੂਮ ਹੀ ਐਡਾ ਤਕੜਾ ਆਹ ਦੇਖ ਸਕਦੇ ਤੁਸੀਂ ਮਿੱਟੀ ਲਾਗੇ ਆ ਗਿਆ ਤੁਹਾਨੂੰ ਦਿਖਾਵਾਂਗੇ ਆਪਾਂ ਹੋਰ ਉਹਨਾਂ ਤੋਂ ਪੁੱਛਦੇ ਹਾਂ ਕਿ ਭਾਈ ਇਹਦਾ ਕੀ ਐਕਸਪੀਰੀਅੰਸ ਰਿਹਾ ਆਪਣਾ ਜੀ ਇਹ 10 ਸਾਲ ਹੋ ਗਏ ਚੱਲਦੇ ਨੂੰ ਇਸ ਤਰ੍ਹਾਂ ਪਾਈ ਨੂੰ ਅੱਛਾ ਜੀ ਹਾਂ ਆਪਣਾ ਵਧੀਆ ਮਤਲਬ ਕੋਈ ਕੰਪਲੇਂਟ ਕੰਪਲੂਟ ਨਾ ਕੋਈ ਕੰਪਲੇਂਟ ਨਹੀਂ ਬਸ ਥੋੜਾ ਇੱਕ ਪਹਿਲੇ ਸਾਲ ਥੋੜਾ ਕਿਆ ਖਿਆਲ ਰੱਖਣਾ ਪੈਂਦਾ ਹੈ ਵੀ ਟਾਇਰ ਟੂਰ ਨਾ ਡਿੱਗੇ ਵਿੱਚ ਅੱਛਾ ਅੱਛਾ ਬਾਈ ਇਹ ਚ ਕੋਈ ਦਿੱਕਤ ਨਹੀਂ ਬਾਕੀ ਕਿੰਨਾ ਡੂੰਗਾ ਆਇਆ ਜੀ ਇਹ 3.5 ਫੁੱਟ ਡੂੰਗਾ ਪੈਣੀ ਜੀ 3.5 ਫੁੱਟ ਡੂੰਗੀ ਕੋਈ ਚੀਜ਼ ਤਾਂ ਆਪਣੀ ਜਾਂਦੀ ਨਹੀਂ ਇੰਨੀ ਡੂੰਗੀ ਤਾਂ ਕੋਈ ਜਾਣੀ ਨਾ ਜਿੰਨੀ ਸੀਮੈਂਟ ਵਾਲੀ ਪਾਈਪ ਲੈਣਾ ਡੂੰਗੀ ਉਨੀ ਹੈ ਸਹੀ ਹੈ ਸਹੀ ਹੈ ਤੇ ਮਤਲਬ ਇਹਦਾ ਬੈਕ ਫਿਟ ਵਧੀਆ ਹੈ ਨਾ ਜੀ ਬਹੁਤ ਵਧੀਆ ਸਾਡੇ ਤਾਂ ਭਾਈ ਸਾਰੀ ਇਹੀ ਪੈਂਦੇ ਜੀ ਅੱਛਾ ਜੀ ਤੇ ਨਾਲ ਇਹਦਾ ਖਰਚਾ ਖੁਰਚਾ ਕਿੰਨਾ ਆ ਜਾਂਦਾ ਜੀ ਖਰਚਾ ਦਾ ਭਾਜੀ ਹੁਣ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਤੁਸੀਂ ਹਾਂਜੀ ਬਾਕੀ ਸਾਡੇ ਖਰਚੇ ਬਾਰੇ ਭਾਜੀ ਹੁਣ ਦੱਸਣਗੇ ਸਾਨੂੰ ਉਹ ਦੱਸ ਦਾਂਗੇ ਸਰ ਠੀਕ ਹੈ ਬਾਜੂ ਭਾਜੀ ਇੱਕ ਇੱਕ ਖੱਤੇ ਅੱਜ ਪਾਉਣ ਲੱਗੇ ਆ ਜੀ ਕਿੰਨੇ ਖੱਤੇ ਪਾਉਣੀ ਅੱਜ ਭਾਈ ਆਪਾਂ 3-4 ਖੱਤੇ 3-4 ਖੱਤੇ ਪਾਉਣੀ ਆ ਤੇ ਬਾਕੀ ਫੇਰ ਸਾਡੇ ਜਿਹੜੇ ਹੋਰ ਵੀ ਨਾਲ ਲੱਗੇ ਆਗੇ ਸਾਰੇ ਪਾਵਾਂਗੇ ਤੇ ਬਾਕੀ ਰਹਿੰਦੇ ਆਪਣੇ 4 ਸਾਲ ਪਹਿਲਾਂ ਰੱਬੀ ਦੇ ਸੀ ਸਾਡਾ 3500 ਰੁਪਏ ਖਰਚਾ ਆਇਆ ਸੀ 2.5 ਗਿੱਲੇ ਦੇ ਰੱਬੀ ਸੀ 2.5 ਗਿੱਲੇ ਤੇ ਇਹਦਾ ਫਿਰ ਫਾਇਦਾ ਬਹੁਤ ਹੈ ਨਾ ਠੇਕੇ ਤੇ ਜ਼ਮੀਨ ਲੈਂਦੇ ਨਾ ਅਸੀਂ ਇਹ ਨਹੀਂ ਪੈਪ ਪੂ ਪਛਾਣਦੇ ਆ ਕਿ ਹੁਣ ਕੌਣ ਪੱਕੀ ਘੜੀ ਘੜੀ ਚੱਕਰ ਆ ਮਿਲ ਗਈ ਜਾਂ ਕਿਹਦਾ ਕੱਦ ਛਟਾ ਲਿਆ ਅਗਲਾ ਅੱਛਾ ਉਹੀ ਤਾਂ ਗੱਲ ਹੈ ਹੁਣ ਠੇਕੇ ਜੀ ਕੌਣ ਪੱਕੀ ਪਾਉਂਦੀ ਫਿਰ ਮੈਂ ਵੀ ਛੱਡ ਦਿੰਦੇ ਆਵੇ ਦੱਬੀ ਦਵਾਈ ਉਹ ਸਸਤੀ ਹੁੰਦੀ ਹੈ ਨਾ ਸਾਡੀ ਜਾਂਦੀ ਇਹਨਾਂ ਦਾ ਪੈਸੇ ਕੋਈ ਛੱਡ ਵੀ ਦੇਣੀ ਅਗਲੇ ਨੂੰ ਫਾਇਦਾ ਹਾਂ ਉਹਨਾਂ ਪਹਿਲਾਂ ਕਿਹਾ ਦੂਜਾ ਠੇਕੇਦਾਰ ਲੈ ਲੂਗਾ ਕੋਈ ਨਹੀਂ ਉਹਦਾ ਕੰਮ ਆ ਜੂਗੀ ਹੁਣ ਕਿ ਤਾਂ ਆਪਾਂ ਨੇ ਮਤਲਬ ਆ ਪੈਪ ਲੈਣ ਪਈ ਖਰਚਾ ਬੜਾ ਆਪਾਂ ਨੂੰ ਦੁੱਖ ਹੋਣਾ ਕਿ ਅਸੀਂ ਪੈਪ ਲੈਣ ਪਈ ਆ ਉਹਦਾ ਵੀ ਆਪਾਂ ਨੂੰ ਦੁੱਖ ਹੋਣਾ ਕੋਈ ਕੋਈ ਚੱਕਰ ਨਹੀਂ ਹਨਾ ਇਹ ਚੱਕਰ ਵੇ ਕਹਿੰਦੇ ਆ ਤੇ ਆ ਤੁਸੀਂ ਗੱਡੀ ਦਾ ਨੰਬਰ ਦੇ ਸਕਦੇ ਪਰ ਅਜੇ ਉੱਥੋਂ ਹੀ ਆਈ ਆ ਇਹ ਨਹੀਂ ਕਹਿ ਸਕਦੇ ਕਿ ਆਹੀ ਪੰਜਾਬ ਦੇ ਬੰਦੇ ਨਹੀਂ ਠੀਕ ਗੱਲ ਆ ਜੀ ਭਾਈ ਆਪਣਾ YouTube ਦਾ ਚੈਨਲ ਆ ਜੀ ਸਾਡਾ ਸਬਸਕ੍ਰਾਈਬ ਕਰਿਓ ਜੀ ਯਾਰ ਵਾਲੀ 306 ਖੋਲੀ ਆਪਾਂ ਪਾਵਾਂਗੇ ਆ ਲਈ ਜੀ ਭਾਈ ਦੇ ਚੈਨਲ ਤੇ ਹੀ ਪਾ ਦੇਣੀ ਹੈ ਹਾਂ ਭਾਈ ਤੁਹਾਡੇ ਚੈਨਲ ਦੇ ਨਾਲੇ ਭਾਈ ਉਹਨਾਂ ਦਾ ਚੈਨਲ ਆ ਜੀ ਸਾਡਾ ਨਾਂ ਰੱਖਿਆ ਚੈਨਲ ਬਣਾਇਆ ਹੋਣੇ ਆ ਨਾ ਸਾਨੂੰ ਪਤਾ ਨਹੀਂ ਕੀ ਰੱਖਿਆ ਪੰਜਾਬ ਹਰਿਆਣੇ ਦੇ ਬਾਰਡਰ ਦੇ ਪਿੰਡ ਆ ਪੰਜਾਬ ਹਰਿਆਣੇ ਦੇ ਬਾਰਡਰ ਦੇ ਪਿੰਡ ਆ ਭਾਈ ਉਹਨਾਂ ਦਾ ਭਾਈ ਉਹਨਾਂ ਦੀ ਯਾਰੀ ਦੋਸਤੀ ਆ ਭਾਈ ਉਹਨਾਂ ਦੀ ਹਾਂਜੀ ਕੋਈ ਸਾਡੇ ਇੱਕ ਭਰਾ ਨੂੰ ਅਲਵਿਦਾ ਕਹਿ ਲੱਗਾ ਆ ਕਿਤੇ ਜਾਣਾ ਨਹੀਂ ਕੰਮ ਆ ਨੂਪੀ ਭਰਾ ਨੂੰ ਮਿਲਦੇ ਆ ਜੀ ਆਪਾਂ ਕੋਈ ਨਹੀਂ ਸ਼ਾਮ ਨੂੰ ਨਵੇਂ ਬਲੌਗ ਵਿੱਚ ਹਾਂ ਬਲੌਗ ਦੀ ਐਂਡਿੰਗ ਆਪਾਂ ਇਕੱਠੀ ਕਰਾਂਗੇ ਓਕੇ ਜੀ ਸਰ ਤੇ ਲਓ ਜੀ ਭਰਾ ਨੂੰ ਕੰਮ ਹੈ ਜਾਣਾ ਆ ਤਾਉੜੀ ਭਾਈ ਦੇਖ ਲਿਆ ਜਾਣਾ ਸਾਡਾ ਅੱਜ ਖੋਲਣ ਲੱਗਾ ਮੁੰਡਾ ਹੁਣ ਫਾਰ ਭਾਈ ਦਾ ਨਾ ਟਿਕਿਆ ਰਹਿ ਹਾਂ ਨਾ ਟਿਕਿਆ ਚੱਲ ਲਿਆ ਭਾਈ ਹੁਣ ਜੇ ਤਾਇਆ ਰਾਤੀ ਭੁੱਲ ਗਏ ਜਿੱਤਾ ਆ ਉਹ ਲਿਖਿਆ ਜੀ ਜਨਨ ਆਪਣਾ ਮੋਟਰਸਾਈਕਲ ਤੇ ਅੰਕਲ ਹੋਣਾ ਨਾਮ ਪੜ ਲਿਆ ਯਾਰ ਮੇਰੇ ਤਾਂ 106 ਤੇ ਲਓ ਆਪਾਂ ਅਗਲੀ ਤੁਹਾਨੂੰ ਕਲਿੱਪ ਦਿਖਾਉਂਦੇ ਆ ਭਾਈ ਨੂੰ ਸਮਾਨ ਲੈਣ ਚੱਲੇ ਆ ਤੇ ਜਦੋਂ ਇੱਥੇ ਆ ਗਿਆ ਬੰਦਾ ਤੁਹਾਨੂੰ ਵੀ ਡੰਗਾਈ ਦਿਖਾਵਾਂਗੇ ਆਪਾਂ ਤੇ ਫਿਰ ਜੋੜ ਕੇ ਦਾ ਲਾਵਾਂਗੇ ਵੀ ਦੱਸਾਂਗੇ ਤੁਹਾਨੂੰ ਜੀ ਆਹ ਦੇਖ ਸਕਦੇ ਸਾਡੀ ਮੋਟਰ ਜੀ ਮੋਟਰ ਆਹ ਭਾਈ ਉਹਨਾਂ ਦੇ ਹੋਰ ਵੀ ਉਧਰ ਆਈ ਜ਼ਿਆਦਾ ਇੱਥੇ ਬੈਠੀ ਦਾ ਮੰਜਾ ਸਾਡਾ ਡਿੱਠਾ ਆ ਆਹ ਰੋਡ ਦਾਦੂ ਵਾਲਾ ਹੈਗਾ ਆ ਜੀ ਇੱਥੇ ਕਮਾਦ ਹੋ ਜਾਣਾ ਲੋ ਜਾਣਾ ਸਾਰਾ ਅੱਡਾ ਆਪਣਾ ਆਹ ਆਪਣੀ ਮੋਟਰ ਤੇ ਚਲੇ ਚਲੇ ਆਪਣੇ ਦੂਜੇ ਪਾਸੇ ਆ ਇੱਧਰ ਲਿਖਿਆ ਆ ਯਾਰ ਵਾਲੀ 306 ਆਹ ਹੀ ਲਿਖਿਆ ਅੱਤ ਦੀ ਸ਼ਿਕਾਰੀ ਇਹ ਬੜੀ ਪੁਰਾਣੀ ਲਿਖੀ ਸੀ ਆ ਭਾਈ ਹਾਂ ਖੜਾ ਹੋਨਰ ਤੇ 911 ਵੀ ਆ ਜੀਪ ਵੀ ਆ ਤੇ ਮੈਸੀ ਟਰੈਕਟਰ ਵੀ ਬੜਾ ਪੁਰਾਣਾ ਆ ਤਾਂ ਆਪਾਂ ਉਹ ਵੀ ਦਿਖਾਵਾਂਗੇ ਡੈਡੀ ਆ ਆਪਣੇ ਨਾ ਅੰਦਰੋਂ ਤਾਰਾਂ ਜੀਆਂ ਲੱਥੀਆਂ ਆ ਮੰਨੂ ਜੀ ਆ ਗੱਲ ਸੁਣਿਆ ਜੀ ਨਾਲੇ ਮੜੀ ਕਹਿੰਦੇ ਤੇ ਹਾਂਜੀ ਤੁਸੀਂ ਕਹਿੰਦੇ ਅੱਜ 10 ਜੇ ਬੈਠੇ ਹੋਏ ਆ ਦਾਸੀ ਸੱਜਣ ਜੀ ਦੱਸੋ ਸਾਨੂੰ ਤੁਹਾਡੇ ਨਾਲ ਅਸੀਂ ਬੈਠੇ ਹੋਏ ਆ ਕਿ ਜੇ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਡਾ ਦੁੱਖ ਦੂਰ ਹੀ ਕਰ ਸਕਦੇ ਪ੍ਰੋਬਲਮ ਆ ਬਹੁਤ ਯਾਰ ਨਹੀਂ ਜੀ ਤੁਹਾਡਾ ਦੁੱਖ ਆ ਕਿ ਦੂਰ ਕਰ ਸਕਦੇ ਅਕੇਲਾ ਨਹੀਂ ਹੋ ਮੈਂ ਮੁਸੀਬਤ ਦੇ ਸਾਥ ਹੈ ਮੇਰੇ ਸਾਲੇ ਤੇ ਐਡੀ ਵੱਡੀ ਆਈ ਚੱਕੀ ਫਿਰਦੇ ਨਾਲ ਤੈਨੂੰ ਐਡੀ ਵੱਡੀ ਮੁਸੀਬਤ ਹੋਈ ਚੱਕੀ ਤੇ ਸਾਨੂੰ ਵਾਲਿਆ ਹੋਰ ਕਿਹੜੀ ਚੀਜ਼ ਦਾ ਘਾਟਾ ਰਹਿਣਾ ਦੱਸ ਹੈ ਉਹ ਟਿਕਟੋਕ ਨਹੀਂ ਬਣਾਉਂਦੇ ਤੇ ਅਕੇਲਾ ਨਹੀਂ ਹੋ ਮੈਂ ਨਾਲ ਵੋਟਿੰਗ ਦੇ ਆ ਕੇ ਮੁਸੀਬਤ ਸਾਥ ਹੈ ਮੇਰੇ ਸਾਡੀ ਦੇਖਿਆ
ਦਲੀਪ ਨੇ ਬਣਾ ਕੇ ਆਇਆ, ਦਵਿੰਦਰ ਆੜ ਜੀ ਨੇ ਬਣਾਈ ਆ, ਹੋਰ ਵੀ ਸਾਡੇ ਕਈ ਨਾਮੀ ਬੰਦੇ ਆ ਜੀ, ਅੱਜ ਤੁਹਾਡੀ ਵੀ ਵਿੱਚ ਤੁਸੀਂ ਵੀ ਜੁੜ ਗਏ ਸਾਡੇ ਨਾਲ। ਹਾਂਜੀ, ਸਾਨੂੰ ਹੁਣ ਬਸ ਜਲਦੀ ਜਲਦੀ ਪੈਸੇ ਲਾਪੇ ਨੇ ਆਉਣੇ ਯੂਟਿਊਬ ਤੋਂ ਜੀ, ਬਾਬਾ ਮਿਹਰ ਕਰੇ ਫਿਰ ਜੀ ਆਪਾਂ ਵੀ ਹਜੇ ਫਿਰ ਹੌਲੀ ਹੌਲੀ ਆਇਆ ਕਰਨਗੇ ਜੀ, ਜੇ ਆਪਣੇ ਲੱਖ ਸਬਸਕ੍ਰਾਈਬਰ ਹੋ ਜਾਵੇ। ਹਾਂਜੀ ਹਾਂਜੀ, ਹਜੇ 4,000 ਆਪਾਂ ਨੂੰ ਲਾਈਕ ਆ ਜਾਂਦਾ ਜੀ ਵਿਊ, ਸੋਰੀ ਮੈਂ ਕਹਿੰਦੇ ਕਿ ਕਰੋ ਆਪਣੀ ਪਰਸਨਲ ਗੱਲ। ਲੈਣ ਤੇ ਆ ਗਿਆ ਕੰਮ ਲੱਗ ਗਿਆ ਆਪਣਾ ਜੀ, ਟੋਆ ਆਪਣਾ ਸਾਰਾ ਪਾਠੋ ਚੱਲਾ ਜੀ, ਆਹ ਟਰੈਕਟਰ ਆ ਜੀ ਆਹ ਅਰਜਨ, ਤੇ ਆਹ ਅੱਗੇ ਟੈਂਕੀ ਆ ਜੀ ਤੇਲ ਵਾਲੀ ਟੈਂਕੀ, ਆਹ ਤੇਲ ਵਾਲੀ ਟੈਂਕੀ ਆ ਲੱਗਾ ਆਹ ਬਣਦੀ ਮੱਛੀ ਆਹ ਵਾਲੀ ਮਸ਼ੀਨ ਆ ਜੀ, ਆਹ ਇੰਨਾ ਟੋਆ ਮੱਛੀ ਜਾਂਦੀ ਹੈ 3-3 ਫੁੱਟ ਦੇਖ ਸਕਦੇ ਜੀ, ਉਹ ਉੱਥੋਂ ਲੈ ਕੇ ਇੱਦਾਂ ਆ ਜੀ, ਜਿਹੜਾ ਪੈਪ ਪਾਉਣਾ ਤਾਂ ਬਾਬਾ ਉਹ ਵੀ ਦੱਸਾਂਗੇ ਜੀ ਕਿਹੜਾ ਪਾਉਣਾ, ਤੁਸੀਂ ਆਪ ਹਿਸਾਬ ਲਾ ਸਕਦੇ ਜੀ, ਆਹ ਆ ਜੀ ਮਸ਼ੀਨ। ਉਸਤਾਦ ਚਾਹ ਪੀਲਾ, ਚਾਹ ਲਿਆਂਦੀ ਆ ਹੈ ਉਸਤਾਦ, ਚਾਹ ਪੀਲਾ, ਤਾਂ ਨਿਬੜ ਜਾਂਦਾ ਕੰਮ। ਕਿਹੜੇ ਪਿੰਡ ਤੋਂ ਆਏ ਆਪਾਂ ਵੀਰੇ? ਜੰਡਿਆਲੇ ਦਾ ਬੰਦਾ ਹੀ ਆ, ਮਿੱਟੀ ਵੱਟਣ ਵਾਲੀ ਮਸ਼ੀਨ ਜਿਹੜੀ ਆ, ਅਤੇ ਇੰਨਾ ਟੋਟਾ ਰਹਿ ਗਿਆ। ਹਾਂ ਭਾਈ ਦਾ ਉਸਤਾਦ ਆਇਆ, ਯਾਰ ਦੋਸਤ ਆਇਆ ਹੁਣ ਬਾਈ, ਅਤੇ ਉਹ ਸਾਡਾ ਬਾਬਾ ਬੈਠਾ, ਬਾਬਾ ਭਰਾ ਭਰਾ ਆਪਣੀ ਮੋਟਰ। ਹੁਣ ਗਰਮੀਆਂ ਹੈਗੀਆਂ, ਚਲੇ ਉੱਧਰ ਹੈਗੇ ਸਾਫ਼ ਕਰਾਏ ਆ ਦੋ, ਹੁਣ ਬਣਾਂਗੇ ਚਲਿਆਂ 'ਚ ਵੀ, ਅਤੇ ਤੁਹਾਨੂੰ ਵੀ ਵੀਡੀਓ ਦਿਖਾ ਕਰਾਂਗੇ। ਹਾਂਜੀ, ਆਹ ਇੱਕ ਘੜਾ ਰੱਖਿਆ ਮਿੱਟੀ ਦਾ ਜੀ, ਇਹ 'ਚ ਪਾਣੀ ਚਾਹ ਆ ਗਈ ਆਪਣੀ, ਆਹ ਜੀ ਪਾਣੀ ਪਾਈਏ, ਨਾਲੇ ਬਰਫ਼ ਲੈ ਗਿਆ ਹੁਣ ਮੈਂ, ਸਨੈਪ ਨਹੀਂ ਬਣਾਉਣਾ ਹੈਂ, ਸਨੈਪ ਵੀ ਪਾ ਲੈਂਦੇ ਹਾਂ ਬਾਬੇ ਨੂੰ ਆਈ ਅੱਗ, ਸਨੈਪ ਨਹੀਂ ਬਣਾਈ, ਸਨੈਪ ਵੀ ਉਹ ਦੇਖੀ ਜਾਣੀ ਘਰ ਟੁੱਟਣ ਲੱਗੀ ਹੁੰਦੀਆਂ, ਸਨੈਪ ਵੀ ਬਾਹਰ ਖੋਲ ਮਾੜੇ ਜੀ, ਉੱਤੋਂ ਬਰਫ਼ ਬਰਫ਼ ਪਾਈਏ ਆਪਾਂ ਪਾਣੀ, ਖਾਣ ਨੂੰ ਲਿਆ ਕੀ ਖਾਣਾ, ਖਾਣ ਨੂੰ ਲਿਆਉਂਦੇ ਹਾਂ, ਭਾਈ ਤਾਂ ਕਹਿੰਦੇ ਕਹਿੰਦੇ ਘਰੋਂ ਲਿਆਓ ਖਾਣ ਨੂੰ ਚੁਕਾਉਣਾ, ਦੁਕਾਨ ਤੋਂ ਲਿਆਉਣਾ ਘਰੋਂ ਨਹੀਂ, ਦੁਕਾਨ 'ਤੇ ਕਹਿੰਦੇ ਸੀ ਲੈ ਕੇ ਆਉਂਦਾ, ਮੇਰਾ ਮਨ ਨਹੀਂ ਕੀਤਾ, ਮੈਂ ਚਾਹ ਇਕੱਲੀ ਪੀਣੀ ਆ, ਪਾਣੀ ਵੀ ਪਾਉਣਾ, ਮੋਟਰ ਚਲਾ ਲੈਣੀ ਹੁਣ ਵੱਡੀ, ਫੜ ਫੋਨ, ਇੱਕ ਮਿੰਟ ਫੋਨ ਫੜੋ ਜੀ, ਬਾਬਾ ਜੀ ਦੀ ਫਰੰਟ ਲਾ, ਨਹੀਂ ਬੈਗ ਜੀ, ਉਹ ਗੰਦੀ ਹੋ ਗਈ, ਹੁਣ ਧੋ ਕੇ ਪਾਈ ਇਹਨੂੰ, ਉਹ ਭਰਾਵਾ ਇੰਨਾ ਚੱਲਦਾ, ਉਹ ਨਹੀਂ ਨਹੀਂ ਧੋ ਕੇ ਪਾਣਾ, ਬਾਹਰ ਦੇ ਪਾਣੀ ਪਿਆ ਫੜਾ, ਥੋੜ੍ਹਾ ਮਾੜਾ ਮਾੜਾ ਪਾ ਪਾਣੀ, ਕਰਦੇ ਬੰਦ ਮਾੜੇ ਇੱਕ ਮਿੰਟ ਕੈਮਰਾ ਪਾ ਦੇ ਛੇਤੀ, ਯਾਰ ਭੈਣ ਠੰਡ ਲੱਗਾ ਤੇ ਹੱਥ ਠੰਡੇ, ਕਿੱਥੇ ਰੱਖਾਂ ਮੈਂ ਬਰਫ਼ ਨੂੰ, ਕੀ ਹੋਇਆ ਕੀ ਹੁੰਦਾ, ਉਹ ਸਿੱਧਾ ਰੱਖ ਫੋਨ, ਇੱਦਾਂ ਨਹੀਂ ਪਣੀ ਹੁੰਦਾ, ਹੁੰਦਾ ਕੀ ਉਹ ਸਿੱਧਾ ਰੱਖ ਭਰਾਵਾ, ਇੱਧਰ ਨੂੰ ਯਾਰ ਤੂੰ ਨਾ, ਤੂੰ ਵੀਡੀਓ ਬਣ ਜਾ ਜਣਾ, ਨਹੀਂ ਹੁੰਦਾ ਕੀ ਤੈਨੂੰ, ਆਏ ਭਾਈ ਉਹਨੇ ਪਾਣੀ ਪੀਣ, ਮੈਂ ਮੇੜੂ ਕਰਦਾ ਜਿਹਾ ਚੱਕਣ ਜਾ, ਬੰਦਾ ਬਹੁਤ ਮਿਹਨਤ ਕਰਨ ਦਿਆ, ਸਾਰਾ ਕੱਢ ਦਿੱਤਾ ਆ, ਤੇ ਆਹ ਲੈਣ ਇੱਧਰ ਆਉਂਦੀ ਆ, ਉੱਥੋਂ ਆਉਂਦੀ ਆ ਜੀ, ਉੱਥੋਂ ਇੱਥੇ ਆਹ ਇੱਧਰੋਂ ਕੱਢੀ ਆ, ਸਾਡੇ ਦੋ ਮੋਟਰ ਆ ਗਏ ਜੀ, ਮੋਟਰ ਖਰਾਬ ਹੋ ਜਾਂਦੀ ਵਿਆਹ ਚਲਾ ਲੈਂਦੀ ਆ, ਇਸ ਕਰਕੇ ਜੀ ਅਤੇ ਲਓ ਜੀ ਸਾਡਾ ਯਾਰ ਟੋਆ ਟਵਾਈ ਵਾਲਾ ਕੰਮ ਤਾਂ ਨਿਬੜ ਗਿਆ, ਜਿਹੜੇ ਪੈਪ ਵਿੱਚ ਪਾਉਣੇ ਸੀ ਉਹ ਪਵਾੜੇ ਤੋਂ ਮਿਲੇ ਨਹੀਂ, ਹੁਣ ਭਾਅ ਜੀ ਨੇ ਜਲੰਧਰ ਗਏ ਆ ਜੀ, ਸਮਾਨ ਹੀ ਨਹੀਂ ਇੱਥੋਂ ਮਿਲਦਾ, ਸਮਝ ਹੀ ਨਹੀਂ ਆਉਂਦੀ ਹੁਣ, ਉਸਤਾਦ ਉਹ ਦਰਖਤ ਹੈ ਅਮਰੇ ਸਾਡਾ
ਉਹ ਵੀ ਮਿੱਤਰੋ ਟੋਆ ਹੋ ਗਿਆ ਸਾਰਾ ਨਿਕਲ ਅਤੇ ਬੰਦੇ ਨੇ ਮਾਰ ਲਿਆ ਟਰੈਕਟਰ 'ਤੇ ਕੱਪੜਾ ਅਤੇ ਭਾਅ ਜੀ ਹੁਣੇ ਆਉਂਦੇ ਆ ਭਾਅ ਜਲੰਧਰੋਂ ਸਮਾਨ ਲੈ ਕੇ ਫੁਗਾੜੇ ਤੋਂ ਮਿਲਿਆ ਨਹੀਂ ਜਿੱਦਾਂ ਤੁਹਾਨੂੰ ਦੱਸਿਆ ਆ ਅਤੇ ਇਹ ਕਹਿੰਦਾ ਸੀ ਭਾਈ ਜਾਣਾ ਮੈਂ ਅਤੇ ਸਾਰਾ ਬਣਿਆ ਇਹ 770 ਫੁੱਟ ਆ ਸਾਰਾ ਕੁਛ ਕਰ ਕੁਰ ਕੇ ਟੋਆ ਕੱਢਿਆ 770 ਫੁੱਟ ਅਤੇ ਤੁਸੀਂ ਆਹ ਲਾ ਲਓ ਕਿੰਨਾ ਫਾਇਦਾ ਹੋ ਗਿਆ ਮਸ਼ੀਨ ਦਾ ਜੀ ਜੇ ਤਾਂ ਬੰਦੇ ਲਾਉਂਦੇ ਦਿਹਾੜੀ ਦੋ ਦਿਹਾੜੀਆਂ ਲਾ ਦੇਣੀਆਂ ਉਹਨੇ ਉੱਦਾਂ ਹੀ ਅਤੇ ਇਹ ਤਾਂ ਤਿੰਨਾਂ ਕੁ ਘੰਟਿਆਂ 'ਚ ਕੱਢ ਗਏ ਤਿੰਨਾਂ ਘੰਟੇ ਤਿੰਨ ਘੰਟੇ ਵੀ ਲੱਗੇ ਸਰ ਕਿੰਨਾ ਟਾਈਮ ਲੱਗਾ ਉਹ ਤਿੰਨ ਘੰਟੇ ਲੱਗ ਗਏ ਜੀ ਅਤੇ ਆਹ ਇਹਨਾਂ ਦਾ ਕਾਰਡ ਆ ਜੀ ਮਾਰਨਾ ਮਾਰ ਸਕਦੇ ਜੀ ਚਲੋ ਓਕੇ ਭਾਅ ਜੀ ਵਧੀਆ ਜੀ ਉਹ ਜੀ ਆਈ ਨਹੀਂ ਲਿਆਉਂਦਾ ਉੱਥੋਂ ਪੈਪ ਹੁਣ ਆਹ ਚੱਕ ਕੇ ਫਿਲਟਰ ਆਉਂਦਾ ਪਿਆ ਅੱਗੇ ਹੁਣ ਇਹਨੀ ਮੋਟਰ ਦੇ ਨਾਲ ਜਿਗਾੜ ਜਿਹਾ ਕਰਨਾ ਜੀ ਹਾਂ ਪੈਪ ਆ ਜੀ ਆਲਾ ਜਿਹਦੇ ਨਾਲ ਪੈਪ ਲੈਣ ਪਾਉਂਦੇ ਪਏ ਹੈ ਮੋਟਾ ਜੀ ਉੱਦਾਂ ਕਾਫੀ ਮੋਟਾ ਪੈਪ ਹੈ ਅਤੇ ਡੰਗਾਈ ਤੁਹਾਨੂੰ ਸਵੇਰੇ ਦਿਖਾਈ ਸੀ ਆਪਾਂ ਜਿੱਥੇ ਤੇ ਪੈਪ ਪੈ ਗਿਆ ਤੁਹਾਨੂੰ ਮੈਂ ਉਹ ਦਿਖਾ ਦਿੰਦਾ ਉਹਦੇ ਕਰੀ ਕਿਉਂਕਿ ਅੱਜ ਅੱਗੇ ਲਿਆ ਭਾਅ ਜੀ ਅੱਗੇ ਹੀ ਕਿਉਂਕਿ ਜੀ ਅਸੀਂ ਹੁਣ ਗਏ ਸੀ ਦੀਪਨਗਰ ਉੱਥੇ ਇੰਟਰਵਿਊ 'ਚ ਅਸੀਂ ਉਹ ਕਰਕੇ ਆਏ ਅਤੇ ਭਾਅ ਜੀ ਹੁਣੀ ਲੱਗੇ ਬਾਕੀ ਹਾਂਜੀ ਸਨੈਪਚੈਟ 'ਤੇ ਆਪਣੇ ਨਾਲ ਉਹ ਐਡ ਕਰਨਾ ਸੀ ਕਿਹਨੂੰ ਉਹ ਮਤਲਬ ਰਿਕੁਐਸਟ ਆਈ ਆ ਰਿਕੁਐਸਟ ਆਈਆਂ ਤਿੰਨ ਚਾਰ ਆਈਆਂ ਹਾਂ ਹਾਂ ਬਸ ਹੋ ਗਿਆ ਕੰਮ ਹੋ ਗਿਆ ਤਿੰਨ ਚਾਰ ਨੇ 20 ਆਈਆਂ ਰੋਲ ਪਰ ਭਾਈ ਉਹਨਾਂ ਰਿਕੁਐਸਟ ਆਈਆਂ ਸੀ ਚੱਕੀਆਂ ਹੈ ਨਹੀਂ ਭਾਈ ਨੇ ਵੀਰ ਬਣਾ ਜੀ ਸਿੱਧਾ ਹੋ ਗਿਆ ਜੀ ਸਿੱਧਾ ਜੀ ਇੱਦਾਂ ਪੈਪ ਜਾਂਦਾ ਵਿੱਚ ਜੀ ਬਾਕੀ ਅੰਕਲ ਹੁਣੇ ਆਉਂਦੇ ਤੁਰੇ ਜੀ ਨੇਰਾ ਪੈ ਗਿਆ ਅੰਕਲ ਜੀ ਅੰਕਲ ਹੁਣੇ ਬਿਜ਼ੀ ਹੈ ਜਿਹੜੀ ਉਹ ਐਲਬੋ ਲਾਈ ਆ ਉਹ ਮਤਲਬ ਐਲਬੋ ਤਾਂ ਲਾਈ ਆ ਜੀ ਉੱਥੇ ਪਾਣੀ ਇੱਧਰਲੇ ਖੱਤੇ ਨੂੰ ਵੀ ਜਾ ਸਕਦਾ ਪਾਣੀ ਉੱਧਰਲੇ ਖੱਤੇ ਨੂੰ ਵੀ ਜਾ ਸਕਦਾ ਜੀ ਜਿੱਦਾਂ ਆਪਾਂ ਕਹਿ ਦਈਏ ਹੋਦੀ ਬਣਾ ਲਈ ਦੀ ਆ ਉਹ ਅੱਗੇ ਆ ਜੀ ਇਹ ਹੋਦੀਆਂ ਹੋਦੀਆਂ ਨਾਲੇ ਕੰਮ ਵੀ ਖਤਮ ਹੋ ਗਿਆ ਜੀ ਇਹਨਾਂ ਉੱਪਰ ਜਗਾੜ ਹੋਰ ਲੱਗਣੇ ਉਹ ਵੀ ਮੰਗਾਏ ਇੱਥੋਂ ਮਿਲੇ ਨਹੀਂ ਉਹ ਪਾਰਸਲ ਹੀ ਹੋਣਗੇ ਹੁਣ ਹਰਿਆਣੇ ਤੋਂ ਹਾਂ ਦੇਖ ਸਕਦੇ ਤੁਸੀਂ ਜੀ ਹਾਂ ਦੇਖ ਲਓ ਜੀ ਇੱਦਾਂ ਧੋਰੋ ਵੀ ਪੈ ਪਿਆ ਜੀ ਮਤਲਬ 3.5-4 ਕਿੱਲਿਆਂ ਦੇ ਵਿੱਚ ਨਾ ਇੱਦਾਂ ਜੀ ਅਤੇ ਹਨੇਰਾ ਕਾਫੀ ਪੈ ਗਿਆ ਜੀ ਦੇਖ ਲਓ ਇੱਦਾਂ ਦੇ ਕੰਮ ਵੀ ਜੱਟਾਂ ਦੇ ਰਾਤਾਂ ਨੂੰ ਹੋ ਜਾਂਦੇ ਆ ਜੀ ਲੋਕ ਕਹਿੰਦੇ ਆ ਕਿ ਹਾਂ ਵੀ ਜੱਟ ਬੜੇ ਤਗੜੇ ਆ ਜੀ ਇੱਦਾਂ ਦੇ ਕੰਮ ਵੀ ਜੱਟ ਕਰਦੇ ਨਾਲੇ ਜਗਾੜ ਲਾਉਣ 'ਚ ਜੀ ਮੰਨਿਆ ਹੀ ਪੰਜਾਬ ਗਿਆ ਆ ਪੰਜਾਬੀ ਜਗਾੜੂ ਆ ਲਓ ਫਿਰ ਆਪਾਂ ਅੱਗੇ ਵੱਧਦੇ ਹੋਏ ਜੀ ਕਿਉਂਕਿ ਗਲੇ ਦੀ ਬੱਸ ਹੋਈ ਜ਼ਿਆਦਾ ਬੋਲ ਨਹੀਂ ਹੁੰਦਾ ਮੇਰੇ ਤੋਂ ਵੀ ਬਾਬੇ ਹੁਣੀ ਵਾਜਾਂ ਮਾਰਨ ਦੇ ਆ ਹੁਣ ਬੈਠੇ ਸਾਰੇ ਭਰਾ ਆਪਣੇ ਨੇਰਾ ਕਾਫੀ ਪੈ ਗਿਆ ਤੁਹਾਡੀ ਬਣ ਗਈ ਉਸਤਾਦ ਜੀ ਉਸਤਾਦ ਨਹੀਂ ਬੈਠੇ ਹੋਏ ਨੇ ਹਜੇ ਹਾਂ ਲਓ ਜੀ ਸਾਰੇ ਖੜੇ ਨੇਰਾ ਪੈ ਗਿਆ ਜੀ ਸਮਾਨ ਕਿਤੇ ਮਿਲਿਆ ਨਹੀਂ ਜੇ ਇਹੋ ਜਿਹਾ ਅਤੇ ਆਹ ਪੈਪ ਲੈਣਾ ਜੀ ਅਤੇ ਸਾਰਾ ਆਹ ਪੈ ਆਹ ਪੈਪ ਆ ਜੀ ਆਹ ਦੇਖ ਸਕਦੇ ਲੈਣ ਕਰਿਓ ਬਾਈ ਨੇਰਾ ਗਿਆ ਪੈ ਜੀ ਆਹ ਪੈਪ ਆ ਜੀ ਪਲਾਸਟਿਕ ਦਾ ਅਤੇ ਹਾਂ ਅੰਕਲ ਨੂੰ ਜੋੜ ਜੋੜ ਲਾਉਣ ਦੇ ਹੁਣ ਨੇਰਾ ਕਾਫੀ ਪੈ ਗਿਆ ਭਾਈ ਟਰੈਕਟਰ ਲਾਈਟ ਜਗਾ ਲੈਣੀ ਹੁੰਦਾ ਟਰੈਕਟਰ ਦੀ ਲਾਈਟ ਜਗਾ ਲੈਣੀ ਆ ਦੇਖਦੇ ਹੁਣ ਕੀ ਕਰਦੇ ਹਾਂ ਜੀ ਹੁਣ ਤਾਂ ਉੱਪਰ ਤੋਰ ਚੱਲਾਂ ਚੱਕ ਡਾਲਣ ਹੁੰਦੀ ਪਈ ਸੀ ਨਹੀਂ ਨਹੀਂ ਕੁਛ ਨਹੀਂ ਹੋਣਾ ਨਹੀਂ ਭਾਈ ਬੰਦ ਹੀ ਆ ਸੀਗੀ ਆਹ ਸਮਾਨ ਇਹਨਾਂ 'ਚ ਆਇਆ ਜੀ ਲਓ ਜੀ ਆਹ ਪੈ ਗਏ ਪੈਪ ਜੀ ਮਿੱਟੀ ਕੈਮਰਾ ਵੀ ਆਖੋ ਜੀ ਪੈਪ ਪਾ ਕੇ ਹੁਣ ਕੰਮ ਹੈਗਾ ਜੀ ਪੱਕਾ 100% ਗਰੰਟੀ ਹੈ ਜੀ ਦੇਖੋ ਜੀ ਪਿੱਛੋਂ ਧੁਰੋ ਹੀ ਉਹਦਾ ਹਰਾ ਪੈਪ ਆਇਆ ਜੀ ਹਵਾ ਵਾਲੀ ਦੇਖੋ ਕਿੱਡਾ ਤਕੜਾ ਪੈਪ ਕੱਢਿਆ ਹੁਣ ਉਹ ਮੋਟਰ ਤੋਂ ਵਸਾ ਕੇ ਆਹ ਮੀਟਰ ਦੇ ਵਿੱਚ ਸਿੱਟਣਾ ਪੈਪ ਨਹੀਂ ਸਿੱਟ ਕੇ ਜੀ ਕੰਮ ਨਿਬੜ ਗਿਆ ਜਨਰੇਟਰ ਲੈਣ ਚੱਲੇ ਹਾਂ
ਜਨਰੇਟਰ ਲਿਆ ਕੇ ਜੀ ਮੋਟਰ ਚਲਾ ਕੇ ਤਾਂ ਦਿਖਾਵਾਂਗੇ ਜੀ। ਬਾਕੀ ਮੈਂ ਪੁੱਛਣਾ ਸੀਗਾ ਵੀ ਹੁਣ ਤੁਸੀਂ ਪਹਿਲਾਂ ਪਾਣੀ ਲਾ ਕੇ ਦੇਖਿਆ ਸੀਗਾ ਇਹਦੇ ਨਾਲ? ਹਾਂ ਪਾਣੀ ਮੈਂ 2 ਘੰਟੇ ਚਲਾਈ ਹੈ ਮੋਟਰ। ਅੱਛਾ ਜੀ 2 ਘੰਟੇ ਚਲਾਈ ਆ ਦੇ ਲਾ ਪੈਪ 'ਚ ਪਾਣੀ ਵੀ ਦੇਖ ਸਕਦਾ ਤੂੰ ਉਹ ਦੇ ਪੈਪ 'ਚ ਪਾਣੀ। ਹਾਂ ਪਾਣੀ ਹੈਗਾ ਵਿੱਚ ਹੈ ਨਾ ਪਾਣੀ ਵਿੱਚ ਹੈਗਾ ਮਤਲਬ ਪਾਣੀ ਜੇ ਪੈਪ ਵਿੱਚ ਸੇਫ ਆ ਤਾਂ ਪਾਣੀ ਪਹੁੰਚਿਆ ਜੇ ਵਿੱਚ ਸੇਫ ਆ ਤੇ ਪਾਣੀ ਆ ਜੇ ਵਿੱਚ ਸੇਫ ਨਾ ਉਹ ਹੁੰਦਾ ਹਾਂਜੀ ਹਾਂਜੀ ਆ ਪਾਣੀ ਆਪਾਂ ਨੂੰ ਨਹੀਂ ਸੀ ਦੱਸਣਾ ਨਹੀਂ ਦੱਸਣਾ ਸੀ ਇਹ ਵਿੱਚ ਹੀ ਰਹਿ ਉਹ ਲੀਕ ਹੋ ਜਾਣਾ ਖਤਮ ਹੋ ਜਾਣਾ ਹਾਂਜੀ ਹਾਂਜੀ ਜੇ ਹੁਣ ਵਿੱਚ ਪੈਪ ਸੇਫ ਆ ਤੇ ਤਾਂ ਹੀ ਪਾਣੀ ਆ ਨਾ ਪੈਪ ਆਪੀ ਲਾਓ ਸਾਹਿਬ ਮਤਲਬ ਕਿੰਨਾ ਪਤਲਾ ਪੈਪ ਉਹਨੇ ਜਗ੍ਹਾ ਬਣਾਈ ਆਪਾਂ ਪੂਰੀ ਪਾਣੀ ਦੀ ਭਰ ਕੇ ਹਨਾ ਵਾ ਇੱਕ ਢੰਗ ਆ ਤਰੀਕਾ ਆ ਮਤਲਬ ਇਹਨੂੰ ਪੱਕਣ ਨੂੰ ਕਹਿੰਦੇ ਪਹਿਲਾਂ ਸਾਲਕ ਲੱਗ ਜਾਂਦਾ ਨਾ ਉਹ ਤੇ ਕੋਈ ਵੀ ਆ ਯਾਰ ਸੀਮੈਂਟ ਦੀ ਵੀ ਪਾਵਾਂਗੇ ਤੇ ਜਦੋਂ ਆਪਾਂ 3.5 ਫੁੱਟ ਟੋਆ ਕੱਢਣਾ 3 ਫੁੱਟ ਉਹ ਤੇ ਉਹਨੂੰ ਵੀ ਆਪਾਂ ਇਹ ਚੀਜ਼ ਤੇ ਉਤੇ ਭਰੇ ਜਾਂ ਮਿੱਟੀ ਪੋਲੀ ਪੈ ਜਾਂਦੀ ਆ ਹਾਂ ਉਹ ਤੇ ਪੈਣੀ ਸਾਲਕ ਵਿੱਚ ਪੱਥਰ ਬਣ ਜਾਣੀ ਆ ਫੇਰ ਪ੍ਰਵਾਹ ਨਹੀਂ ਕੋਈ ਪ੍ਰਵਾਹ ਨਹੀਂ ਫੇਰ ਕੋਈ ਚੱਕਰ ਨਹੀਂ ਇਹਦਾ ਹਨਾ ਹਾਂਜੀ ਹਾਂਜੀ ਤੇ ਬਾਕੀ ਮੋਹਰੇ ਜੇ ਜਿੱਦਾਂ ਚੱਲਦੀ ਦਿਖਾਉਣੀ ਮੋਟਰ ਉਹ ਵੀ ਆਪਾਂ ਦਿਖਾ ਦਾਂਗੇ ਹਾਂ ਕੋਈ ਨਹੀਂ ਨਾਲ ਆਪਾਂ ਕਲਿੱਪ ਐਡ ਕਰ ਦਾਂਗੇ ਲੈ ਗਏ ਟਰੈਕਟਰ ਤੋਂ ਲੈ ਗਏ ਹਨਾ ਇੱਥੇ ਤੱਕ ਆਪਾਂ ਪਾਈਪ ਲਾਈਨ ਪਾਈ ਹਨਾ ਉਦਾਂ ਆਪਣੀ ਸੀਮੈਂਟ ਵਾਲੀ ਪਾਈਪ ਲਾਈਨ ਆ ਦੇ ਇੱਥੇ ਤੱਕ ਆ ਅੱਛਾ ਜੀ ਇਹ ਤਾਂ ਪੰਗਾ ਇੱਕ ਪੰਗਾ ਨਹੀਂ ਲਿਆ ਮੈਂ ਪੰਗਾ ਹੀ ਇੱਕ ਪੇਸ਼ਕਸ਼ ਕਰਨੀ ਸੀ ਨਵੀਂ ਹਾਂ ਬਸ ਉਸ ਕਰਕੇ ਉਹ ਸਟਾਰਟਿੰਗ ਤੋਂ ਦੁਬਾਰ ਤੇ ਪਾਤੀ ਨਹੀਂ ਤੇ ਅੱਧ ਤੱਕ ਤੇ ਆਪਣੀ ਸੀਮੈਂਟ ਵਾਲੀ ਪਾਈਪ ਲਾਈਨ ਆਈ ਸੀ ਹਨਾ ਹਾਂਜੀ ਹਾਂਜੀ ਇਹ ਇੱਕ ਮਤਲਬ ਦੱਸਣ ਲਈ ਕਿ ਆਪਾਂ ਕਈ ਵਾਰ ਇੱਥੇ ਤੱਕ ਵੀ ਪਾਣੀ ਪਹੁੰਚਿਆ ਅਖੀਰ ਤੱਕ ਲਾਸਟ ਤੱਕ ਪਾਣੀ ਪਹੁੰਚਿਆ ਆਹ ਵੇ ਲੋ ਹੁਣ ਇਹ ਤੋਂ ਉੱਪਰ ਕੀ ਆ ਨਾ ਇਹ ਤੋਂ ਹੁਣ ਲਾਈਟ ਆਊਗੀ ਤੇ ਚੱਲਦਾ ਵੀ ਦਿਖਾਵਾਂਗੇ ਆਪਾਂ ਆ ਟੱਕਣੇ ਆ ਹਾਂ ਇਦਾਂ ਲੱਗ ਗਿਆ ਇਦਾਂ ਇਹਦੇ ਵਿੱਚ ਵੀ ਇਹ ਨੱਕਾ ਬੰਦ ਹੋ ਗਿਆ ਆ ਨੱਕਾ ਬੰਦ ਹੋ ਗਿਆ ਤੇ ਇਹਦੇ ਉੱਪਰ ਹੀ ਐਲਬੋ ਲੱਗ ਜਾਣੀ ਹੈ ਇਹ ਕੱਢੀ ਇਹ ਤੇ ਐਲਬੋ ਲੱਗ ਜਾਣੀ ਆ ਹਾਂਜੀ ਆ ਜਿੱਦਾਂ ਮਤਲਬ ਇੱਕ ਖਿੱਚ 2 ਕਿਆਰੀ ਇੱਚ ਤੇ ਆਪਾਂ ਨੂੰ ਲੋੜ ਹੀ ਨਹੀਂ ਕੁਝ ਕਰਨ ਦੀ ਬੰਦ ਕਰ ਇਹ ਤਾਂ ਮੰਮੀ ਖੁੱਲਾ ਛੱਡ ਦੇ ਤੇ ਐਲਬੋ ਹੀ ਲੱਗੀ ਰਹਿਣੀ ਹੈ ਐਲਬੋ ਇੱਕ ਲੱਗੀ ਰਹਿਣੀ ਹੈ ਹਾਂਜੀ ਇਦਾਂ ਆ ਤੇ ਜੇ ਬੰਦ ਕਰਨ ਦਾ ਇੰਨਾ ਹੀ ਕੰਮ ਹੈ ਤੇ ਚਲੋ ਠੀਕ ਆ ਭਾਜੀ ਓਕੇ ਜੀ ਉਹ ਵੀ ਹੁਣ ਆਪਣੇ ਪਾਈਪ ਲਾਈਨ ਸਾਰੀ ਪੈ ਗਈ ਆ ਤੇ ਮਿੱਟੀ ਰਹਿੰਦੀ ਸੀਗੀ ਪਾਉਣ ਵਾਲੀ ਤੇ ਭਾਈ ਨੇ ਮਿੱਟੀ ਵੀ ਪਾਤੀ ਤੇ ਪਾਣੀ ਵੀ ਆਪਾਂ ਸਾਰਾ ਛੱਡ ਕੇ ਦੇਖ ਲਿਆ ਆ ਤੇ ਭਾਜੀ ਕਿੱਦਾਂ ਫਿਰ ਵਧੀਆ ਪਾਈਪ ਲਾਈਨ ਪੈ ਗਈ ਸਾਰੀ ਹਾਂ ਵਧੀਆ ਪੈ ਗਈ ਐਨ ਓਕੇ ਰਿਪੋਰਟ ਆ ਪਾਸ ਹੋ ਗਿਆ ਕੰਮ ਪਾਸ ਹੋ ਗਿਆ ਨਾ ਮਿੱਟੀ ਮੁੱਟੀ ਐਨ ਠੋਕ ਕੇ ਪਾਸ ਹੋ ਗਿਆ ਪਹਿਲਾਂ ਤੇ ਹੈ ਹੀ ਸੀ ਪਾਸ ਅੱਛਾ ਜੀ ਆਪਣੇ ਲਾਲਾ ਵੀ ਇੱਥੇ ਕੋਈ ਮੰਨਦਾ ਨਹੀਂ ਸੀ ਆਪਣੇ ਆਹੋ ਮੈਂ ਸੁਣਿਆ ਸੀ ਜਦੋਂ ਤੁਸੀਂ ਆਪਣੀ ਨਹੀਂ ਸੀ ਮੰਨਦੇ ਬੰਦੇ ਜਦੋਂ ਤੁਸੀਂ ਪਹਿਲਾਂ ਪੁੱਛਿਆ ਸੀਗਾ ਦੁਕਾਨਾਂ ਤੋਂ ਵੀ ਆਹ ਹੁੰਦੀ ਹੈ ਚੀਜ਼ ਹੁੰਦੀ ਹੈ ਉਹ ਕਹਿੰਦੇ ਨਹੀਂ ਹੁੰਦੀ ਨਹੀਂ ਹਨਾ ਨਹੀਂ ਅਸੀਂ ਤੇ ਉਦਾਂ ਹੀ ਉਹਨਾਂ ਨੇ ਕਿਹਾ ਇੰਨਾ ਪੈਪ ਕੀ ਚਾਹੀਦਾ ਹਾਂ ਹਾਂ ਅੱਛਾ ਅੱਛਾ ਅਸੀਂ ਨਹੀਂ ਦੱਸਿਆ ਕੀ ਕਰਨਾ ਕੀ ਨਹੀਂ ਉਹ ਜਦੋਂ ਪੈਪ ਵੀ ਇੰਨਾ ਲੰਬਾ ਲੈਣਾ ਸੀ ਇੰਨਾ ਲੰਬਾ ਪੈਪ ਤੇ ਫੇਰ ਅਸੀਂ ਸਾਨੂੰ ਦੱਸਣਾ ਪਿਆ ਕਿ ਅਸੀਂ ਆਹ ਕੰਮ ਕਰਨਾ ਹਾਂਜੀ ਹਾਂਜੀ ਹੋ ਹੀ ਨਹੀਂ ਸਕਦਾ ਵੀ ਤੁਸੀਂ ਛਦਾਈ ਹੋਏ ਲੱਗਦੇ ਆ ਹਾਂਜੀ ਉਹ ਵੀ ਕਹਿੰਦੇ ਸੀ ਵੀ ਵੀਡੀਓ ਬਣਾ ਕੇ ਭੇਜੋ ਸਪੈਸ਼ਲ ਹਨਾ ਜਿੱਦਾਂ ਪਹਿਲਾਂ ਹੈਪੀ ਸੀਡਰ ਨਾਲ ਨਹੀਂ ਸੀ ਕਣਕ ਬੀਜਣ ਲੱਗੇ ਅਸੀਂ ਹਾਂ ਅੱਛਾ ਸਾਰੇ ਸਾਨੂੰ ਕਹਿੰਦੇ ਵੀ ਪਾਗਲ ਹੋ ਗਏ ਛਦਾਈ ਹੋ ਗਏ ਜੇ ਹੋ ਗਿਆ ਉਹ ਹੋ ਗਿਆ ਹਨਾ ਹਾਂਜੀ ਹਾਂਜੀ ਬਸ ਕਾਮਯਾਬ ਹੋ ਹੀ ਗਿਆ ਸੀ ਤੇ ਭਾਈ ਤੁਹਾਨੂੰ ਇਸ ਜਿੱਦਾਂ ਪਾਈਪਲਾਈਨ ਬਾਰੇ ਕਿਵੇਂ ਪਤਾ ਲੱਗਾ ਜੀ ਇਹ ਮੇਰੇ ਦੋਸਤ ਫਰੈਂਡ ਆ ਉਹ ਆਪਣੀ ਜਿੱਦਾਂ ਖੇਤੀ ਜਿੱਦਾਂ ਮੈਂ ਕਰਦਾ ਆ ਆਪਾਂ ਕਰਦੇ ਆ ਇਦਾਂ ਹੀ ਉਹ ਕਰਦੇ ਆ ਅੱਛਾ ਉਹ ਵੀ ਇਦਾਂ ਹੀ ਪਾਉਂਦੇ ਪਾਈਪਲਾਈਨ ਉਹ ਹਾਂ ਉਹ ਇਦਾਂ ਹੀ ਪਾਉਂਦੇ ਆ ਅੱਛਾ ਤੇ ਭਾਈ ਹੁਣੀ ਕਿੱਥੋਂ ਦੇ ਉਹ ਆਪਣੇ ਉਹ ਹਰਿਆਣੇ ਦੇ ਅੱਛਾ ਹਰਿਆਣੇ ਤੋਂ ਮੁੰਡੇ ਆਏ ਸੀਗੇ ਪਾਉਣ ਹਰਿਆਣੇ ਤੋਂ ਜੀ ਅੱਛਾ ਜਿਹੜੇ ਮੁੰਡੇ ਆਏ ਸੀਗੇ ਖੁਦ ਖੇਤੀਬਾੜੀ ਖੁਦ ਕਰਦੇ ਹਨ ਖੇਤੀਬਾੜੀ ਆਪਣੇ ਵਾਂਗੂ ਹੀ ਆ ਉਹ ਕੋਈ ਮਿਸਤਰੀ ਨਹੀਂ ਹੈਗੇ ਹਾਂਜੀ ਹਾਂਜੀ ਉਹ ਆਪਣੇ ਲਾਲਾ ਵੀ ਯਾਰੀ ਦੋਸਤੀ ਚ ਆਏ ਸੀਗੇ ਇਦਾਂ ਨਹੀਂ ਵੀ ਹਨਾ ਆਪਣੇ ਤੋਂ ਵੱਡੇ ਆ ਹਾਂਜੀ ਹਾਂਜੀ ਵੱਡੇ ਕਾ ਨਹੀਂ ਆ ਰਿਹਾ ਪਰ ਹੈਗੇ ਆਪਣੇ ਹਾਂਜੀ ਹਾਂਜੀ ਹਾਂ ਤੇ ਫਿਰ ਵੀ ਆਪਣਾ ਹੁਣ ਖਰਚਾ ਕਿੰਨਾ ਹੋ ਗਿਆ ਇਹ ਸਾਰੇ ਕੰਮ ਦੇ ਉੱਤੇ ਸਾਰੇ ਕੰਮ ਤੇ ਖਰਚਾ ਤੇ 40,000 ਹੋ ਗਿਆ ਅੱਛਾ ਜੀ ਹਾਂ ਪਰ ਨਜਾਇਜ਼ ਹੋ ਗਿਆ 12,000-13,000 ਨਜਾਇਜ਼ ਹੋ ਗਿਆ ਨਜਾਇਜ਼ ਭਾਈ ਇਹ ਕਾਹਦੇ ਹੋ ਗਿਆ ਜ਼ਿਆਦਾ ਨਜਾਇਜ਼ ਇਹ ਹੋ ਗਿਆ ਕਿ ਇੱਕ ਤੇ ਆ ਜਿਹੜੇ ਆਪਣੇ ਖੱਡਾ ਕੱਢਣ ਵਾਲਾ ਸੀ ਹਾਂਜੀ ਹਾਂਜੀ ਇਹੀ ਉਹ ਕਹਿੰਦੇ ਵੀ 7 ਰੁਪਏ ਰੇਟ ਚੱਲਦਾ 6 ਹਨਾ ਅੱਛਾ ਜੀ ਤੇ ਮੈਂ ਕਨਫਰਮ ਉਹਨਾਂ ਕਲੀਅਰ ਗੱਲ ਨਹੀਂ ਸੀ ਕੀਤੀ ਹਾਂਜੀ ਨਹੀਂ ਸੀ ਵੀ ਕੀ ਰੇਟ ਹੈ ਕੀ ਨਹੀਂ ਠੀਕ ਹੈ ਤੇ ਉਹਨੇ 15 ਕਿਹਾ ਸੀ 15 ਹੀ ਦੇ ਤਾਂ ਦੇਣਾ ਪੈਣਾ ਸੀ ਫਿਰ ਜਦੋਂ ਹਾਂਜੀ ਹਾਂਜੀ ਕਢਾ ਹੀ ਲਿਆ ਤੇ ਲੱਗਦੇ ਵੀ ਆਪਾਂ ਕਹੀਏ ਵੀ ਨਹੀਂ ਦੇਣੀ ਜੇ ਕਿਤੇ ਪਹਿਲਾਂ ਆਪਾਂ ਫਾਈਨਲ ਕੀਤਾ ਤਾਂ ਫਿਰ ਵੱਖਰੀ ਗੱਲ ਸੀ ਹੁਣ ਬਾਅਦ 'ਚ ਆਪਾਂ ਫਿਰ ਬਹਿਸ ਦੇ ਹਨਾ ਫਿਰ ਚੰਗਾ ਲੱਗਦਾ ਉਹਦੇ ਕਰਕੇ ਥੋੜਾ ਮੈਂ ਕਹਿੰਦਾ ਅੱਧੋ ਅੱਧ ਦਾ ਫੇਰ ਦਾ ਫਰਕ ਪੈ ਗਿਆ ਬਿਲਕੁਲ ਹਨਾ ਹਾਂ ਉਹ ਜੇ ਯਾਰ ਜੇ ਅਗਲੇ ਦਾ 2,000 ਖਰਚਾ ਆ 4,000 ਮੁਨਾਫਾ ਲੈ ਲਵੇ 4 ਲੈ ਲਵੇ 5 ਤੇ ਸਿੱਧਾ ਹੀ ਹਨਾ ਵੀ ਕਿੰਨਾ 12,000 ਬਣਾ ਲਿਆ ਉਹਨੇ ਆ 12-11,500 12 ਦੇ ਚਲੋ ਗੇਟ 'ਚ ਹੀ ਹੋ ਗਿਆ ਕੋਲ ਹੀ ਹੋ ਗਿਆ ਉੱਥੇ ਤੇ ਫਿਰ ਵੀ 10,000 ਸਿੱਧਾ 9 ਪ੍ਰੋਫਿਟ ਲੈ ਗਿਆ 9,000 ਹਨਾ ਕੋਈ ਬੰਦਾ 4,000 ਬਚਾ ਲਵੇ ਕੋਈ ਵੀ ਆਪਾਂ ਵੀ ਯਾਰ ਅਕਸਰ ਕੰਮ ਸਾਰੇ ਕਰਦੇ ਹੀ ਆ ਮਸ਼ੀਨਾਂ ਚਲਾਉਂਦੇ ਆ ਹਾਂਜੀ ਹਾਂਜੀ ਕਰਦੇ ਆ ਆਪਾਂ ਵੀ ਮਤਲਬ ਸਾਰਾ ਕੋਈ ਇੰਨਾ ਤਾਂ ਨਹੀਂ ਹੁੰਦਾ ਵੀ ਇੰਨਾ ਹੀ ਸਾਲਾ ਮਤਲਬ ਪੈ ਜਾਂਦਾ ਵੀ ਬੰਦਾ ਇੱਕ ਲੁੱਟ ਕੇ
ਇਹ ਕਿੰਨੇ ਅਟੈਚ ਕਰਦੀ ਗੱਤਿਆਂ ਨੂੰ ਇਹ 770 ਫੁੱਟ ਬਣੀ ਅੱਛਾ ਜੀ 800 ਫੁੱਟ ਬਣੀ ਹੈ ਅੱਛਾ ਜੀ ਤੇ ਖੱਤੇ ਤੇ ਮਤਲਬ ਸਾਰੀ ਪਾਈਪਲਾਈਨ 770 ਫੁੱਟ ਬਣੀ ਜੀ ਪਾਈਪਲਾਈਨ ਹਾਂ 770 ਫੁੱਟ ਤੇ ਖੇਤ ਭਾਈ ਆ ਕਿੰਨੇ ਆਪਣੇ ਅਟੈਚ ਕਰਦੀ ਇਹ ਸਾਰੇ ਇਹ ਖੱਤੇ 4-5 ਖੱਤਿਆਂ ਨੂੰ ਅਟੈਚ ਕਰਦੀ ਹੋਊਗੀ 4-5 ਅੱਛਾ ਜੀ ਤੇ ਵੈਸੇ ਜੇ ਆਪਾਂ ਮੈਂ ਕਹਿੰਦਾ ਇਹਦੇ ਵਿੱਚ ਤੁਹਾਡਾ ਲੱਗ ਗਿਆ 35-40 ਹਜ਼ਾਰ ਹੈ ਨਾ ਅਤੇ 40 ਹਜ਼ਾਰ ਲੱਗ ਗਿਆ ਪਰ ਉਹ 'ਚ ਉਹੀ 4-5 ਹਜ਼ਾਰ ਦਾ ਸਮਾਨ ਬਚ ਵੀ ਗਿਆ ਉਹ ਵੀ ਆਪਣੇ ਫਾਲਤੂ ਆ ਗਿਆ ਲਾਲਾ ਹਾਂਜੀ ਹਾਂਜੀ ਅਤੇ ਇਹੀ ਜੇ ਆਪਾਂ ਕਿਤੇ ਸੀਮੈਂਟ ਵਾਲੀ ਪਵਾਉਣੀ ਹੋਵੇ 4 ਖੱਤਿਆਂ ਦੇ ਵਿੱਚ ਮਤਲਬ ਜਿੰਨੀ ਤੁਸੀਂ ਪਾਈ ਆ 770 ਫੁੱਟ ਅਤੇ ਉਹ ਕਿੰਨੀ ਲੱਗ ਜਾਣੀ ਸੀ ਪੈਸੇ ਕਹਿੰਦੇ 30 ਹਜ਼ਾਰ ਨੂੰ 30 ਹਜ਼ਾਰ ਦੀ ਖੇਤ ਦੀ ਪੈਂਦੀ ਆ ਅੱਛਾ 30 ਹਜ਼ਾਰ ਦੀ ਖੇਤ ਦੀ ਪੈਂਦੀ ਆ ਠੀਕ ਆ ਅਤੇ ਉਹੀ ਵਿੱਚ 4 ਲਾ ਲਓ ਤੁਸੀਂ ਅਤੇ ਡੇਢ ਕੁ ਲੱਖ ਹਾਂ ਡੇਢ ਕੁ ਦੇ ਕੋਲ ਪਹੁੰਚ ਜਾ ਸਕਦਾ ਇਹ ਕੰਮ ਡੇਢ ਨਹੀਂ ਲੱਖ ਤਾਂ ਹੈਗਾ ਹੀ ਆ ਲੱਖ ਤਾਂ ਹੈਗਾ ਹੀ ਆ ਫਿਰ ਵੀ ਬਹੁਤ ਫਰਕ ਆ 40 ਹਜ਼ਾਰ ਅਤੇ ਲੱਖ 'ਚ ਉਹੀ ਜੇ ਕਿਤੇ ਇਹ ਆ ਕਿ ਆਪਾਂ ਪਾ ਵੀ 3 ਘੰਟੇ 'ਚ ਦਿੱਤੀ ਜੇ ਉਹੀ ਹਾਂ 3 ਘੰਟੇ ਜਾਣਾ ਅਤੇ ਉਹੀ ਕਿਤੇ ਜੇ ਮਤਲਬ ਦੂਜੇ ਹੁੰਦੇ ਆਪਣੇ ਆਪਾਂ ਟਾਲੇ ਉਹੀ ਮੈਂ ਕਹਿਣ ਲੱਗਾ ਸੀ ਮੈਂ ਕਿਹਾ ਜੇ ਕਿਤੇ ਟੋਆ ਕੱਢਣ ਵਾਲੇ ਸਹੀ ਹੁੰਦਾ ਰੇਟ ਲਾਉਂਦਾ ਉਹ ਤੇ ਆਪਾਂ ਜਿਹੜਾ ਸਮਾਨ ਮਿਲਿਆ ਉਹ ਵੀ ਕਿਤੇ ਸਹੀ ਰੇਟ ਤੇ ਮਿਲ ਜਾਂਦਾ ਆਪਣਾ ਉਹ ਵੀ 40 ਹਜ਼ਾਰ ਦਾ ਬਹੁਤ ਫਰਕ ਪੈਣਾ ਹੀ ਹੈ ਨਾ ਕਿਤੇ 25 ਕਿਤੇ ਕੰਮ ਆ ਜਾਣਾ 25 ਦੇ 25-27 ਜੋ ਆਪਾਂ ਨੂੰ ਚੀਜ਼ ਚਾਹੀਦੀ ਸੀ ਉਹ ਚੀਜ਼ ਨਹੀਂ ਮਿਲੀ ਹਲੇ ਆਪਾਂ ਨੂੰ ਜਿਹੜੇ ਨੱਕੇ ਆ ਹਾਂਜੀ ਹਾਂਜੀ ਉਹ ਵੀ ਸਾਡਾ ਜ਼ਿਆਦਾ ਗਿਆ ਜਿਹੜਾ ਬਾਹਰ ਨੱਕਾ ਲੱਗਣਾ ਮੇਨ ਐਲਬੋ ਲੱਗਣੀ ਐਲਬੋ ਲੱਗਣੀ ਉਹ ਤਾਂ ਮਿਲੀ ਨਹੀਂ ਇੱਥੋਂ ਹੁਣ ਉਹਨਾਂ ਨੇ ਮੈਨੂੰ ਕੋਰੀਅਰ ਕਰਨੀ ਆ ਉੱਥੋਂ ਹਰਿਆਣੇ ਤੋਂ ਹਰਿਆਣੇ ਸਪੈਸ਼ਲ ਕੋਰੀਅਰ ਕਰਨੀ ਆ ਕੋਰੀਅਰ ਕਰਨੀ ਆ ਫਿਰ ਇਹ ਮੇਨ ਫਿਰ ਪਾਣੀ 'ਚ ਲਾ ਕੇ ਦਿਖਾਵਾਂਗੇ ਖੱਤੇ ਨੂੰ ਲਾ ਕੇ ਅੱਛਾ ਪੈਪ ਲੈਣ ਆ ਦੇਖ ਲਓ ਤਾਂ ਅੱਛਾ ਉਹ ਇੱਕ ਐਲਬੋ ਦੇ ਨਾਲ ਹੀ ਤੁਸੀਂ ਦੱਸਦੇ ਸਾਰੇ ਘੁੰਮ ਕੇ ਲੱਗ ਜਾ ਕਰਨ ਨੱਕੇ ਕੱਢਤੇ ਆ ਹਾਂਜੀ ਹਾਂਜੀ ਤਾਂ ਪੈਪ ਆ ਤਾਂ ਨੱਕੇ ਕੱਢਤੇ ਆ ਪਰ ਜਿਹੜਾ ਮੇਨ ਬਾਹਰ ਐਲਬੋ ਆ ਜਿਹਦੇ ਨਾਲ ਆਪਣਾ ਘੁੰਮਣਾ ਆ ਹਾਂਜੀ ਉਹ ਹੁਣ ਇੱਥੋਂ ਨਹੀਂ ਮਿਲੀ ਨਾ ਜਿਹੜਾ ਇੱਥੇ ਜਲੰਧਰ ਸਾਰੇ ਪੰਜਾਬ ਮਤਲਬ ਕਿ ਆਪਾਂ ਨੂੰ ਉਹੀ ਹੌਦੀਆਂ ਜਿਆਦੀ ਬਣਾਉਣ ਦੀ ਲੋੜ ਨਹੀਂ ਆਲੇ ਦੁਆਲੇ ਐਲਬੋ ਲਾਈ ਘੁਮਾਤੀ ਉਹ 4 ਸਫੇਰੇ ਘੁੰਮ ਜਾਣੀ ਆ ਹਾਂਜੀ ਹਾਂਜੀ ਮਤਲਬ 4 ਖੇਤਾਂ ਨੂੰ ਲੱਗ ਸਕਦੀ ਜਿੱਦਾਂ ਨੱਕੇ ਤੇ ਆਪਾਂ ਵੱਟ ਪਾਈ ਇੱਧਰ 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 ਹਾਂਜੀ ਹਾਂਜੀ ਮਤਲਬ ਪੂਰੀ ਘੁੰਮੂਗੀ ਤੇ ਕੋਈ ਨਹੀਂ ਬਾਕੀ ਭਾਈ ਜਦੋਂ ਆਪਾਂ ਚਲਾਵਾਂਗੇ ਉਦੋਂ ਵੀ ਨਾਲ ਗਾਂ ਕਿਤੇ ਵਲੌਗ ਜਾਂ ਆਪਾਂ ਕਲਿੱਪਾਂ ਐਡ ਕਰਾਂਗੇ ਉਹ ਵੀ ਹੈ ਨਾ ਜਦੋਂ ਆਪਾਂ ਚਲਾਵਾਂਗੇ ਹਾਂ ਹਾਂ ਉਹ 2-3 ਦਿਨ ਤੱਕ ਆਪਣੇ ਕੋਲ ਆ ਜਾਣਾ ਸਮਾਨ ਹਾਂਜੀ ਹਾਂਜੀ ਤੇ ਉਹ ਆਪਾਂ ਪਾ ਕੇ ਚਾਲੂ ਤੇ ਹੁਣ ਵੀ ਹੈਗੀ ਆ ਹਾਂਜੀ ਹਾਂਜੀ ਹੁਣ ਲੈਟ ਆਈ ਆਪਾਂ ਪਾਣੀ ਤੇ ਨਿਕਲ ਹੀ ਸਕਦਾ ਆ ਪਾਣੀ ਤੇ ਨਿਕਲ ਹੀ ਸਕਦਾ ਕਿ ਉਹ ਬਸ ਨੱਕੇ ਵਾਲਾ ਜਗਾੜ ਹੈ ਨਹੀਂ ਹਾਂ ਐਲਬੋ ਵਾਲਾ ਹਾਂ ਐਲਬੋ ਵਾਲਾ ਉਹ ਵੀ ਕਿਤੇ ਗਾਂ ਆਪਾਂ ਜ਼ਰੂਰ ਨਾਲ ਜੋੜਾਂਗੇ ਕਲਿੱਪ ਤੇ ਆਪਾਂ ਸਾਰਿਆਂ ਨੂੰ ਦਿਖਾਵਾਂਗੇ ਤੇ ਬਾਕੀ ਜੇ ਜਿਹੜੀ ਮੇਨ ਚੀਜ਼ ਆ ਉਹ ਤੇ ਆਪਾਂ ਸਵੇਰ ਨੂੰ ਲੈਟ ਆਈ ਆਪਾਂ ਵੀਡੀਓ ਬਣਾ ਲਿਓ ਆਪਾਂ ਚਲਾ ਦਾਂਗੇ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਦੱਸ ਦਿਓ ਆਪਾਂ ਆ ਕੇ ਵੀਡੀਓ ਵੀ ਨਾਲ ਅਟੈਚ ਕਰ ਲਾਂਗੇ ਤੇ ਚਲੋ ਠੀਕ ਹੈ ਭਾਜੀ ਬਹੁਤ ਬਹੁਤ ਮਿਹਰਬਾਨੀ ਸਾਰੀ ਇਨਫੋਰਮੇਸ਼ਨ ਦੇਣ ਦੇ ਲਈ ਤੇ ਬਾਕੀ ਮੈਂ ਕਹਿੰਦਾ ਆਪਣੇ ਕਿਸਾਨ ਭਰਾਵਾਂ ਦਾ ਵੀ ਬੈਨੀਫਿਟ ਹੋਊਗਾ ਜਿਹੜੇ ਦੇਖੋਗੇ ਹਾਂ ਬਿਲਕੁਲ ਹਨਾ ਅੱਧੋ ਅੱਧ ਉਹਨਾਂ ਦੇ ਵੀ ਪੈਸੇ ਬਚਣਗੇ ਹਨਾ ਤੇ ਚਲੋ ਠੀਕ ਆ ਫਿਰ ਓਕੇ ਖੜੀ ਜੀ ਓਕੇ ਬਾਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਸਾਡੇ ਚੈਨਲ ਨੂੰ ਜੀ ਓਕੇ ਨੂੰ ਪੀ ਜੀ ਚਲੋ ਠੀਕ ਹੈ ਚਲੋ ਠੀਕ ਹੈ ਮੇਰਾ ਵੀਰ ਤੇ ਇਹ ਤੁਹਾਨੂੰ ਵੀਡੀਓ ਜਲਦ ਦੇਖਣ ਨੂੰ ਮਿਲੂਗੀ ਤੇ ਤੁਸੀਂ ਦੱਸਿਓ ਵੀ ਕਿਹੜੇ ਮੇਰੇ ਭਰਾਵਾਂ ਨੂੰ ਇਹ ਆਈਡੀਆ ਵਧੀਆ ਲੱਗਾ ਹਨਾ ਤੇ ਗਾਂ ਤਾਂ ਮੇਰੇ ਭਰਾ ਇਹ ਆਈਡੀਆ ਬਣਾਉਣ ਤੇ ਉਹ ਵੀ ਪੈਸੇ ਮਤਲਬ ਬਚਾਉਣ ਤੇ ਇੱਕ ਨਵੀਂ ਮਤਲਬ ਚੀਜ਼ ਆ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਕਿਸਾਨਾਂ ਦੇ ਇੰਨੇ ਹਰੇਕ ਬੰਦਾ ਨਹੀਂ ਇੰਨੇ ਪੈਸੇ ਖਰਚ ਸਕਦਾ ਹੁੰਦਾ ਕਿੰਨੇ ਹੁਣ ਉਹੀ ਕਾਰਨ ਕਰਕੇ ਆਪਾਂ ਦੇਖ ਹਰੇਕ ਬੰਦਾ ਨਹੀਂ ਖਰਚ ਸਕਦਾ ਹੁਣ ਦੇਖ ਕੇ ਜਿਹੜੇ ਇਨਫੋਰਮੇਸ਼ਨ ਲੈਣਗੇ ਉਹ ਵੀ 4 ਪੈਸੇ ਬਚਾਉਣਗੇ ਹੁਣ ਇਹ ਆ ਕਿ ਪੈਸੇ ਸਾਡੇ ਨਹੀਂ ਜਾਏ ਜ਼ਰੂਰ ਲੱਗੇ ਹਾਂਜੀ ਹਾਂਜੀ ਆਪਾਂ ਕਿਸੇ ਨੂੰ ਮੈਸੇਜ ਦੇਣ ਲਈ ਕੀਤਾ ਇਹ ਕੰਮ ਹੋਰ ਨਹੀਂ ਤੇ ਅਸੀਂ ਤਾਂ ਦੂਸਰੀ ਪਵਾਈ ਦੇਣੀ ਸੀ ਹਾਂਜੀ ਦੂਸਰੀ ਇੱਕ ਇਹ ਵੀ ਗੱਲ ਸੀ ਭਾਜੀ ਕਹਿੰਦੇ ਸੀਗੇ ਵੀ ਨਵੀਂ ਚੀਜ਼ ਕਰਨੀ ਕੋਈ ਵੀ ਉਹ ਸਾਰੀਆਂ ਤੇ ਪੈਂਦੀਆਂ ਇੱਕ ਯਾਰ ਦੋਸਤ ਵੀ ਭਾਈ ਜਿਹੜੇ ਆਏ ਸੀ ਉਹ ਕਹਿੰਦੇ ਵੀ ਭਰਾ ਤੂੰ ਕੰਮ ਇੱਕ ਵਾਰੀ ਹਨਾ ਕਿਥੀ ਕਰਕੇ ਦੇਖੋ ਵੀ ਬਹੁਤ ਬੈਨੀਫਿਟ ਹੈ ਇਹਦੇ ਵਿੱਚ ਹਾਂ ਹਾਂ ਬਸ ਇਹੀ ਗੱਲ ਸੀ ਕਿ ਇੱਕ ਨਵਾਂ ਇੱਕ ਐਕਸਪੀਰੀਅੰਸ ਲੈਣ ਲਈ ਤੇ ਨਵਾਂ ਇਨਫੋਰਮੇਸ਼ਨ ਲੋਕਾਂ ਨੂੰ ਦੇਣ ਲਈ ਵੀ ਇਹ ਚੀਜ਼ ਸਪੈਸ਼ਲ ਮੰਨ ਲਓ ਆਪਣੇ ਪਿੰਡ 'ਚ ਸਲਾਰਪੁਰ 'ਚ ਆਪਾਂ ਹੈਪੀ ਸੀਟਰ ਨਾਲ ਹਾਂਜੀ ਹਾਂਜੀ ਲੱਭੇ ਹਨਾ ਕਹਿਣ ਲੱਪੇ ਸੀ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਉਦਾਂ ਇਹ ਆ ਵੀ ਇਹ ਵੀ ਉਦਣ ਕਹਿੰਦੇ ਸੀ ਨਾ ਜਿੱਦਣ ਆਪਾਂ ਚਾਲੂ ਕਰਨ ਲੱਗੇ ਕਿ ਇਹ ਨਹੀਂ ਇਦਾਂ ਹੋ ਸਕਦਾ ਹਾਂਜੀ ਹਾਂਜੀ ਇਹ ਪਾਣੀ ਨਹੀਂ ਇਦਾਂ ਚੱਲੂਗਾ ਕਿੱਦਾਂ ਹੋ ਜਾਊਗਾ ਤੇ ਬਾਹਰ ਪਾਈਪ ਚੱਲਦਾ ਇਹ ਵਿੱਚ ਚੱਲ ਹੀ ਨਹੀਂ ਸਕਦਾ ਹਨਾ ਉਹ ਆਪਾਂ ਫਿਰ ਚਲਾ ਕੇ ਦਿਖਾਤਾ ਆ ਹੁਣ ਚਲੋ ਠੀਕ ਆ ਭਾਈ ਹੁਣ ਬਾਏ ਕਰ ਦਿਓ ਸਾਰਿਆਂ ਨੂੰ ਓਕੇ ਬਾਏ ਲਵ ਯੂ ਟੇਕ ਕੇਅਰ